ਜਗਬਾਣੀ ਟੀਵੀ ਤੇ ਇਸ ਵੇਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਕੈਬਨਿਟ ਦੇ ਵਿਚ ਵੱਡਾ ਫੇਰਬਦਲ ਹੋਣ ਜਾ ਰਿਹਾ ਏ ਤੇ ਕੱਲ ਨੂੰ ਨਵੇਂ ਜੋ ਕੈਬਨਿਟ ਮੰਤਰੀ ਨੇ ਉਹ ਆਪਣੇ ਅਹੁਦੇ ਦੀ ਸਹੁੰ ਚੁੱਕ ਸਕਦੇ ਨੇ ਤੇ ਪੁਰਾਣੇ 4 ਕੈਬਨਿਟ ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿਚੋਂ ਛੁੱਟੀ ਹੋ ਸਕਦੀ ਹੈ ਤੇ ਇਸ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਵਰੁਣ ਭੱਟ ਫੋਨ ਲਾਈਨ ਤੇ ਜੁੜੇ ਨੇ। ਅਜੀ ਵਰੁਣ, ਇਨ੍ਹਾਂ ਖਬਰਾਂ ਚ ਕਿੰਨੀ ਕੁ ਸੱਚਾਈ ਹੈ ਕਿ ਮੰਤਰੀ ਮੰਡਲ ਦੇ ਵਿਚ ਫੇਰਬਦਲ ਹੋਣ ਜਾ ਰਿਹਾ ਹੈ? ਬਿਲਕੁਲ ਬਿੰਦਰ ਪਾਲ ਜੀ, ਸਵੇਰ ਤੋਂ ਇਹ ਖਬਰਾਂ ਦਾ ਸਿਲਸਿਲਾ ਜਾਰੀ ਸੀ ਜੀ ਪੰਜਾਬ ਦੀ ਕੈਬਨਿਟ ਦੇ ਵਿਚ ਵੱਡਾ ਫੇਰਬਦਲ ਜਿਹੜਾ ਹੈਗਾ ਹੋ ਸਕਦਾ, ਲੇਕਿਨ ਸ਼ਾਮ ਹੁੰਦਿਆਂ ਹੁੰਦਿਆਂ ਜਿਹੜਾ ਹੈਗਾ ਜਿਹੜੀ ਸਰਕਾਰ ਦੀ ਮੀਡੀਆ ਟੀਮ ਹੈਗੀ ਆ ਉਹਨਾਂ ਵੱਲੋਂ ਜਿਹੜਾ ਹੈਗਾ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ 4 ਕੈਬਨਿਟ ਮੰਤਰੀ ਜਿਹੜੇ ਹੈਗੇ ਨੇ ਉਹ ਬਦਲੇ ਜਾ ਰਹੇ ਨੇ। ਤਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਰਹੇ ਹੈਗੇ ਆ ਕਿ ਜਿਹੜੇ ਕੈਬਨਿਟ ਮੰਤਰੀ ਬਲਕਾਰ ਸਿੰਘ, ਚੇਤਨ ਸਿੰਘ ਜੋੜਾ ਮਾਜਰਾ, ਬ੍ਰਹਮ ਸ਼ੰਕਰ ਜਿੰਪਾ ਤੇ ਅਨਮੋਲ ਗਗਨ ਮਾਨ, ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਉਹ ਬਦਲਿਆ ਜਾ ਰਿਹਾ ਹੈਗਾ ਤੇ ਇਹਨਾਂ ਦੀ ਥਾਂ ਤੇ ਪੰਜਾਬ ਮੰਤਰੀ ਮੰਡਲ ਦੇ ਵਿਚ ਕੱਲ ਹਰਦੀਪ ਸਿੰਘ ਮੁੰਡੀਆ, ਤਰਨਪ੍ਰੀਤ ਸਿੰਘ ਸੋਂਦ, ਇੱਕ ਨਾਮ ਆ ਰਿਹਾ ਹੈਗਾ ਵਰਿੰਦਰ ਗੋਇਲ ਜਾਂ ਫਿਰ ਡਾਕਟਰ ਰਵਜੋਤ ਜੋ ਸ਼ਾਮ 84 ਤੋਂ ਵਿਧਾਇਕ ਹੈਗੇ ਨੇ ਤੇ ਉਹਨਾਂ ਨੂੰ ਵੀ ਲਿਆ ਜਾ ਸਕਦਾ ਹੈਗਾ ਮੰਤਰੀ ਮੰਡਲ ਦੇ ਵਿਚ। ਤੇ ਦੂਜਾ ਜਿਹੜਾ ਨਾਮ ਹੈਗਾ ਉਹ ਮਹਿੰਦਰ ਭਗਤ ਹੋਣਾ ਦਾ ਹੈਗਾ। ਹਾਲਾਂਕਿ ਮਹਿੰਦਰ ਭਗਤ ਹੋਣਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਜਲੰਧਰ ਵੈਸਟ ਦੀ ਜਿਹੜੀ ਜਿਮਨੀ ਚੋਣ ਸੀਗੀ ਉਸਦੇ ਵਿਚ ਆਪਣੀ ਰੈਲੀ ਦੌਰਾਨ ਸਾਫ਼ ਤੌਰ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਤੇ ਕਿਹਾ ਸੀ, ਪ੍ਰੋਮਿਸ ਕੀਤਾ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਉਹਨਾਂ ਨੂੰ ਜਿਤਾ ਕੇ ਭੇਜ ਦਿਓ ਵਿਧਾਨ ਸਭਾ ਦੇ ਵਿਚ ਤਾਂ ਉਹ ਆਪਣੀ ਮੰਤਰੀ ਮੰਡਲ ਦੇ ਵਿਚ ਜਿਹੜਾ ਹੈਗਾ ਉਹਨਾਂ ਨੂੰ ਸ਼ਾਮਲ ਕਰਨਗੇ। ਤਾਂ ਹੁਣ ਮੰਤਰੀ ਮੰਡਲ ਦਾ ਵਿਸਤਾਰ ਜਿਹੜਾ ਹੈਗਾ ਕੱਲ 5 ਵਜੇ ਪੰਜਾਬ ਰਾਜ ਭਵਨ ਦੇ ਵਿਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਹੋਏਗਾ। ਉੱਥੇ ਓਥ ਜਿਹੜੀ ਹੈਗੀ ਆ, ਸ਼ਪਥ ਜਿਹੜੀ ਹੈਗੀ ਆ, ਇਹ ਵਿਧਾਇਕ ਮੰਤਰੀ ਵਜੋਂ ਜਿਹੜਾ ਹੈਗਾ ਚੁੱਕਣਗੇ। ਜੀ, ਚਰਚਾ ਇਹ ਵੀ ਹੈ ਕਿ ਜੋ ਪੁਰਾਣੇ ਕੈਬਨਿਟ ਮੰਤਰੀ ਨੇ ਤੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ, ਇਹ ਵੀ ਖਬਰ ਹੈ, ਇਸ ਦੇ ਵਿਚ ਕਿੰਨੀ ਕੁ ਸੱਚਾਈ ਹੈ? ਜੀ, ਇਹ ਵੀ ਖਬਰ ਆ ਰਹੀ ਹੈ ਕਿ 4 ਕੈਬਨਿਟ ਮੰਤਰੀਆਂ ਨੇ ਅਸਤੀਫੇ ਆਪਣੇ ਦੇ ਦਿੱਤੇ ਨੇ। ਬਲਕਾਰ ਸਿੰਘ ਨੇ, ਚੇਤਨ ਸਿੰਘ ਜੋੜਾ ਮਾਜਰਾ ਨੇ, ਬ੍ਰਹਮ ਸ਼ੰਕਰ ਜਿੰਪਾ ਤੇ ਅਨਮੋਲ ਗਗਨ ਮਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿਚ ਉਹਨਾਂ ਨੇ ਆਛੀ ਹੁਣਾਂ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਇਆ ਤੇ ਉਥੇ ਨਵੇਂ ਮੰਤਰੀ ਮੰਡਲ ਦੇ ਵਿਚ 2 ਉਹਨਾਂ ਦੇ ਨਾਲ ਮੰਤਰੀ ਜਿਹੜੇ ਹੋਰ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਉਹਨਾਂ ਦੀ ਖ਼ਬਰ ਸਾਹਮਣੇ ਆਈ। ਤਾਂ ਪੰਜਾਬ ਦੀ ਮੰਤਰੀ ਮੰਡਲ ਦੇ ਵਿਚ ਵੀ ਜਿਹੜੀ ਹੈਗੀ ਆ ਵੱਡੀ ਫੇਰਬਦਲ ਦਾ ਐਲਾਨ ਜਿਹੜਾ ਹੈਗਾ ਉਹ ਹੋਇਆ, ਖ਼ਬਰਾਂ ਸਾਹਮਣੇ ਆ ਰਹੀਆਂ ਸੀ। ਤਾਂ ਸ਼ਾਮ ਹੁੰਦਿਆਂ ਹੁੰਦਿਆਂ ਜਿਹੜਾ ਹੈਗਾ ਇਸ ਤੇ ਮੋਹਰ ਵੀ ਲੱਗ ਗਈ ਕਿ 4 ਕੈਬਨਿਟ ਮੰਤਰੀਆਂ ਨੇ ਜਿਹੜਾ ਹੈਗਾ ਆਪਣਾ ਅਸਤੀਫਾ ਦੇ ਦਿੱਤਾ ਹੈਗਾ ਤੇ ਕੱਲ ਨੂੰ ਨਵੇਂ ਜਿਹੜੇ ਵਿਧਾਇਕ ਨੇ ਉਹ ਕੱਲ ਨੂੰ ਮੰਤਰੀ ਬਣ ਜਾਣਗੇ, ਹਰਦੀਪ ਸਿੰਘ ਮੁੰਡੀਆਂ, ਤਰਨਪ੍ਰੀਤ ਸਿੰਘ ਸੋਂਦ। ਹਾਲਾਂਕਿ ਮਹਿੰਦਰ ਭਗਤ ਤੋਂ ਇਲਾਵਾ ਵਰਿੰਦਰ ਗੋਇਲ ਜਾਂ ਡਾਕਟਰ ਰਵਜੋਤ ਜਿਹੜੇ ਹੈਗੇ ਨੇ ਸ਼ਾਮ 84 ਤੋਂ ਵਿਧਾਇਕ ਨੇ ਤੇ ਵਰਿੰਦਰ ਗੋਇਲ ਜਿਹੜੇ ਲਹਿਰੇ ਤੋਂ ਲਹਿਰਾ ਗਾਗਾ ਤੋਂ ਜਿਹੜਾ ਵਿਧਾਇਕ ਨੇ, ਕਿ ਦੋਨਾਂ ਦੇ ਵਿਚੋਂ ਨਾਮ ਕਿਸਦਾ ਹੈਗਾ? ਕਿਉਂਕਿ ਇਹ 2 ਨਾਮ ਦੇ ਵਿਚ ਜਿਹੜੀ ਹੈਗੀ ਆ ਉਹ ਬੜੀ ਹਜੇ ਤੱਕ ਕਨਫਿਊਜ਼ਨ ਚੱਲ ਰਹੀ ਹੈਗੀ ਆ ਕਿ ਇਹ ਨਾਮ ਕਿਹੜਾ ਹੈਗਾ। ਜੀ ਜੀ, ਇੱਕ ਚਰਚਾ ਇਹ ਵੀ ਹੈ ਕਿ ਜੋ ਕੈਬਨਿਟ ਦੇ ਵਿਚ ਫੇਰਬਦਲ ਹੋਣਾ ਹੈ ਉਹ ਤਾਂ ਹੋਣਾ ਹੀ ਹੈ, ਨਵੇਂ ਮੰਤਰੀਆਂ ਦੀ ਐਂਟਰੀ ਵੀ ਹੋਣੀ ਹੈ, ਲੇਕਿਨ ਇੱਕ ਉਪ ਮੁੱਖ ਮੰਤਰੀ ਦੇ ਬਣਾਏ ਜਾਣ ਦੀ ਵੀ ਚਰਚਾ, ਇਸ ਦੇ ਵਿਚ ਕਿੰਨੀ ਕੁ ਸੱਚਾਈ ਹੈ? ਬਿੰਦਰਪਾਲ ਜੀ, ਇਹ ਫਿਲਹਾਲ ਚਰਚਾ ਹੀ ਹੈ ਕਿ ਕੋਈ ਉਪ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਫਿਲਹਾਲ। ਇਸ ਬਾਰੇ ਕੱਲ ਸਾਫ਼ ਹੋ ਜਾਵੇਗਾ, 5 ਵਜੇ ਦਾ ਸਮਾਂ ਹੈਗਾ ਰਾਜ ਭਵਨ ਦੇ ਵਿਚ ਸ਼ਬਦ ਸਮਾਰੋਹ ਜਿਹੜਾ ਹੈਗਾ, ਸਹੁੰ ਚੁੱਕ ਸਮਾਗਮ ਜਿਹੜਾ ਹੈਗਾ ਉਹ ਹੋਵੇਗਾ। ਤੇ ਜਿਹੜੀ ਹੈਗੀ ਹੈ
ਪੰਜਾਬ ਸਰਕਾਰ ਦੇ ਜਿਹੜੇ ਸੂਤਰ ਨੇ ਜਾਂ ਉਹਨਾਂ ਨੇ ਵੀ ਪੁਸ਼ਟੀ ਵੀ ਜਿਹੜੀ ਹੈਗੀ ਉਹ ਕਰ ਦਿੱਤੀ ਹੈਗੀ ਹੈ। ਤਾਂ ਹਾਲਾਂਕਿ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਵਰਿੰਦਰ ਗੋਇਲ ਜਾਂ ਡਾਕਟਰ ਰਵਜੋਤ ਇਹਨਾਂ ਦੇ ਵਿੱਚੋਂ ਕੋਈ ਮੰਤਰੀ ਬਣੇਗਾ ਜਾਂ ਫਿਰ ਕੋਈ ਉਪ ਮੁੱਖ ਮੰਤਰੀ ਹੋਵੇਗਾ, ਫਿਲਹਾਲ ਇਸ ਨੂੰ ਲੈ ਕੇ ਸਸਪੈਂਸ ਜਿਹੜਾ ਹੈਗਾ ਉਹ ਜਾਰੀ ਹੈ। ਫਿਲਹਾਲ ਅਸੀਂ ਆਪਣੇ ਦਰਸ਼ਕਾਂ ਨੂੰ ਸਿਰਫ ਇੰਨੀ ਹੀ ਜਾਣਕਾਰੀ ਦੇ ਸਕਦੇ ਹਾਂ ਕਿ ਹਰਦੀਪ ਸਿੰਘ ਮੁੰਡੀਆਂ, ਸਰਨਪ੍ਰੀਤ ਸਿੰਘ ਚੋਣ, ਵਰਿੰਦਰ ਗੋਇਲ, ਡਾਕਟਰ ਰਵਜੋਤ ਇਹ ਦੋ ਨਾਵਾਂ ਵਿੱਚੋਂ ਇੱਕ ਨਾਮ ਜਾਂ ਇਸ ਤੋਂ ਇਲਾਵਾ ਮਹਿੰਦਰ ਭਗਤ ਜਿਹੜੇ ਹੈਗੇ ਨੇ ਇਹ ਜ਼ਰੂਰ ਜਿਹੜਾ ਹੈਗਾ ਮੰਤਰੀ ਵਜੋਂ ਜਿਹੜਾ ਹੈਗਾ ਛੋ ਚੁੱਕਣਗੇ। ਜੀ ਜੀ ਵਰੁਣ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਪੰਜਾਬ ਕੈਬਨਿਟ ਦੇ ਵਿਚ ਇਕ ਵੱਡਾ ਫੇਰ ਬਦਲ ਹੋਣ ਜਾ ਰਿਹਾ, ਜਿਸ ਦੇ ਵਿਚ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਦੀ ਵਜ਼ਾਰਤ ਦੇ ਵਿਚੋਂ ਛੁੱਟੀ ਹੋ ਸਕਦੀ ਹੈ ਤੇ ਨਵੇਂ ਜੋ ਕੈਬਨਿਟ ਮੰਤਰੀ ਨੇ ਉਹ ਆਪਣੇ ਅਹੁਦੇ ਦੀ ਸਹੁੰ ਕੱਲ ਸ਼ਾਮ ਤੱਕ ਚੁੱਕ ਸਕਦੇ ਨੇ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ, ਸਾਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।